खालसा जी चैनल नू सब्सक्राइब करन तो बाद ऑल नोटिफिकेशन नू जरूर ऑन करो ताकि साड़ी कथा कीर्तन दी हर वीडियो तुहाडे तक पहुँचती रहे अते वीडियो नू लाइक करना ना भूलना जी। तनासरी भगत रविदास जी की एक ओंकार सतगुर प्रसाद हम सर दीन दयाल न तुम सर आप पतियार क्या कीजा बचनी तोर मोर मन मन्ना जन कौ पूरन दीजा हम सर दीन दयाल न तुम सर अब पतियार क्या कीजा बचनी तोर मोर मन मन्ना जन कौ पूरन दीजा हौं बल बल जाऊ रमैया कारणे कारण कवन अबोला रहाऊ बहुत जन्म बिछुरे थे माधो इहो जन्म तुम्हारे लिखे कह रविदास आस लग जीवो चिर भयो दर्शन देखे बहुत जन्म बिछुरे थे माधो इहो जन्म तुम्हारे लिखे कह रविदास आस लग जीवो चिर भयो दर्शन देखे वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु रूप गुरु खालसा साध संगत जी धन गुरु ग्रंथ सच्चे पातशाह ने साडे ते कृपा की सानू हुक्म किया सिखा अपनी मैं नूं पासे करके नवाणा बण तेरा सुभाअ है तू हर गल विच अपनी मैं दा प्रदर्शन करता है। दूसरा आपां संसारी जीव अठे पैर उस गुरु ते परमेश्वर नूं अपनी मर्जी दे मुताबक बनाउणा चाहुंदे आ ते जो मैं कहां गुरु मेरी गल नूं मन्ने परमेश्वर मेरी गल नूं मन्ने। सतगुरु ग्रंथ साहिब जी पातशाह कहिंदे गुरसिखा बाणी पढ़ बाणी वाच जे तू गुरमुख बनना है ते गुरमुख की डेफिनेशन है गुरमुख तेरा भाणा भावे। गुरमुख वो है जेड़ा भाणे विच रवे। तीसरी गल भगतां दी रसना द्वारा सतगुरु पातशाह ने सानू ये कही है आपां दुनियादार लोक हाँ जेड़ा अज गरीब वो कल अमीर बन गया जेड़ा अज अमीर है कल गरीब बन गया जेड़ा गरीब वो अमीर बन गया। ये माया ये आउण जाण दा चक्कर है पैसे चले गए आ जाणगे लेकिन मनुखा जन्म गुरमुखा हाथों चला गया ये नहीं मिलना। इस करके इस मनुखा जामी की कदर कर। ते चौथा नुकता जेड़ा तकरीबन असी आम साडा सुभाव बनया है साड़ी गुरमन की ड्यूटी करके सानू आम भैणा भरा वीर वड्डे छोटे मिलते रहिंदे ने
ਗਿਆਨੀ ਜੀ ਇੰਨੇ ਪਾਠ ਕੀਤੇ ਨੇ ਅਜੇ ਗੱਲ ਨਹੀਂ ਬਣੀ, ਇਹ ਗੁਰਮਤ ਨੇ। ਅੰਗਰੇਜ਼ੀ ਵਿੱਚ ਬਹੁਤ ਪਿਆਰਾ ਅਖਾਣ ਹੈ, ਹੋਪ ਸਸਟੇਨ ਲਾਈਫ, ਜਿੰਨਾ ਚਿਰ ਤੇਰੇ ਪ੍ਰਾਣ ਮੁੱਕਦੇ ਨਹੀਂ ਉਨਾ ਚਿਰ ਮਹਿਸੂਸ ਨਾ ਕਰ, ਆਸ ਰੱਖ, ਕਿਉਂਕਿ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਹ ਦਿਵਸ ਕੇ ਕੂਕਨੇ ਕਬਹੂ ਕਿਸੋ ਨੇ ਪੁਕਾਰ। ਆਵਾਜ਼ ਮਾਰੀ ਚੱਲ, ਕਦੇ ਨਾ ਕਦੇ ਗੁਰਮੁਖ ਪਿਆਰਿਆ ਤੇਰੀ ਆਵਾਜ਼ ਉਹ ਪਰਮਾਤਮਾ ਸੁਣ ਹੀ ਲਵੇਗਾ। ਜਿਵੇਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਭਗਤਾਂ ਦੀ ਰਸਨਾ ਦੇ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਨੇ, ਇਹਨੂੰ ਵਿਚਾਰੀਏ ਔਰ ਇਕਾਗਰਤਾ ਲਈ ਉਪਰਾਲਾ ਕਰੀਏ ਅਤੇ ਯਤਨ ਕਰੋ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲ ਭਗਤ, ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਮਾਲਾ ਦੇ ਵਿੱਚ ਇਹਨੂੰ ਰਾਗਣੀ ਕਰਕੇ ਲਿਖਿਆ, ਧਨਾਸਰੀਏ ਪਾਂਚੋ ਲਾਏ ਮਾਲ ਰਾ ਕੌਸਕ ਸੰਘ ਲਾਏ। ਲੇਕਿਨ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਭਾਵੇਂ ਰਾਗ ਨੇ ਭਾਵੇਂ ਰਾਗਣੀਆਂ ਨੇ ਉਹਨਾਂ ਨੂੰ ਰਾਗ ਕਹਿ ਕਰਕੇ ਸਨਮਾਨਿਤ ਕੀਤਾ। ਇਸ ਕਰਕੇ ਧਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰ ਰਹੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਭਾਵ ਉਹ ਪਰਮਾਤਮਾ ਇੱਕ ਹੈ। ਆਪਾਂ ਜਿੰਨੇ ਵੀ ਸਰੀਰ ਸਾਡੇ ਵਿੱਚ ਦਵੈਤ ਹੈ, ਮੈਂ ਪੱਕਾ ਸਿੱਖ ਕੇ ਕੱਚਾ ਸਿੱਖ, ਮੈਂ ਗੋਰਾ ਇਹ ਕਾਲਾ, ਮੈਂ ਅਮੀਰ ਇਹ ਗਰੀਬ, ਇਹਨੂੰ ਕਹਿੰਦੇ ਦਵੈਤ। ਲੇਕਿਨ ਉਸ ਇੱਕ ਪਰਮਾਤਮਾ ਵਿੱਚ ਇਹ ਦਵੈਤ ਨਹੀਂ, ਉਹਨੂੰ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ। ਕਣੀਆਂ ਪੈਂਦੀਆਂ ਨੇ, ਇਹ ਰੱਬ ਦਾ ਮੀਂਹ ਚੁਬਾਰੇ ਗੁਰਦੁਆਰੇ 'ਤੇ ਵੀ ਪੈਂਦਾ ਅਤੇ ਵੇਸਵਾ ਦੇ ਚੁਬਾਰੇ 'ਤੇ ਵੀ ਪੈਂਦਾ। ਰੱਬ ਦੇ ਦੀਵੇ ਦੀਆਂ ਕਿਰਨਾਂ ਗੁਰਦੁਆਰੇ 'ਤੇ ਵੀ ਪੈਂਦੀਆਂ ਅਤੇ ਮਸੀਤ 'ਤੇ ਵੀ ਪੈਂਦੀਆਂ ਨੇ, ਉਹਦੇ ਕਰ ਕਾਣੀ ਵੰਡ ਨਹੀਂ। ਇਸ ਕਰਕੇ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ। ਦਵੈਤ ਕਹਿੰਦੇ ਨੇ ਈਰਖਾ ਨੂੰ, ਅਦਵੈਤ ਤੋਂ ਭਾਵ ਈਰਖਾ ਤੋਂ ਰਹਿਤ, ਔਰ ਉਹਦੀ ਸਮਝ ਸੱਚੇ ਗੁਰੂ ਦੀ ਕਿਰਪਾ ਨਾਲ ਤੈਨੂੰ ਮਿਲੇਗੀ। ਜੇ ਤੂੰ ਆਖਣਾ ਵੀ ਝੂਠੇ ਗੁਰੂਆਂ ਦੇ ਦੁਆਲਾ ਗੱਲ ਬਣ ਜਾ ਤਾਂ ਬਾਤ ਨਹੀਂ ਬਣਦੀ, ਕਿਉਂਕਿ ਅੱਜ ਕੱਲ੍ਹ ਝੂਠੇ ਗੁਰੂਆਂ ਦਾ ਬਹੁਤ ਜ਼ਿਆਦਾ ਬੋਲਬਾਲਾ ਅਤੇ ਲੋਕ ਉਹਨਾਂ ਕੋਲ ਜਾਂਦੇ ਨੇ ਅਤੇ ਉਹਨਾਂ ਦੇ ਚਿਮਚੇ ਚਾਟੜੇ ਪ੍ਰਚਾਰ ਕਰਦੇ ਨੇ। ਗਿਆਨੀ ਜੀ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਬੋਲਦਾ ਨਹੀਂ, ਸਾਡਾ ਬਾਬਾ ਬੋਲ ਕੇ ਮੰਤਰ ਦਿੰਦਾ, ਬਾਬਾ ਬੋਲ ਕੇ ਮੰਤਰ ਦਿੰਦਾ। ਇਹਦਾ ਜਵਾਬ ਮੈਂ ਜਿਨ੍ਹਾਂ ਕੋਲ ਵਿਦਿਆ ਪੜ੍ਹੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦੇ ਕੋਲੋਂ, ਉਹਨਾਂ ਨੇ ਸਾਨੂੰ ਬਹੁਤ ਸਾਦਾ ਦ੍ਰਿਸ਼ਟਾਂਤ ਪੜ੍ਹਾਇਆ ਸੀ। ਜਿਹੜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਸ ਗੁਰੂ ਸਾਹਿਬਾਨਾਂ ਨੂੰ ਗੁਰੂ ਮੰਨਦੇ, ਨਮਸਕਾਰ ਉਹਨਾਂ ਗੁਰਸਿੱਖਾਂ ਨੂੰ, ਅਤੇ ਜਿਹੜੇ ਵੀਰ ਭੜਕੇ ਨੇ ਉਹਨਾਂ ਨੂੰ ਬੇਨਤੀ ਕਰਾਂ। ਇੱਕ ਫੌਜੀ ਭਰਾ, ਉਹ ਆਪਣੀ ਧਰਮ ਪਤਨੀ ਨੂੰ ਚਿੱਠੀ ਲਿਖਦਾ ਹੈ ਅਤੇ ਡਾਕੀਏ ਨੇ ਆਣ ਕੇ ਉਹ ਚਿੱਠੀ ਉਸ ਫੌਜੀ ਵੀਰ ਦੀ ਧਰਮ ਪਤਨੀ ਬੀਬੀ ਨੂੰ ਦਿੱਤੀ। ਤਾਂ ਉਹ ਸਾਡੀ ਭੈਣ ਕਹਿੰਦੀ ਵੀ ਵੀਰਾ ਮੈਂ ਪੜ੍ਹੀ ਨਹੀਂ, ਤੂੰ 2 ਮਿੰਟ ਵੀਰ ਮੇਰਾ ਮੰਜੀ 'ਤੇ ਬਹਿ ਦੇ, ਨਾਲੇ ਮੈਂ ਚਾਹ ਦਾ ਕੱਪ ਬਣਾਉਣੀ ਅਤੇ ਨਾਲੇ ਚਿੱਠੀ ਪੜ੍ਹ ਕੇ ਮੈਨੂੰ ਸੁਣਾ ਦੀ। ਡਾਕੀਆ ਬੈਠ ਗਿਆ, ਬੀਬੀ ਨੇ ਚਾਹ ਦਾ ਪਿਆਲਾ ਪੜਾਇਆ ਵੀਰ ਨੂੰ, ਔਰ ਉਹ ਡਾਕੀਆ ਚਿੱਠੀ ਪੜ੍ਹਦਾ ਮੇਰੀ ਪਿਆਰੀ ਧਰਮ ਪਤਨੀ। ਧਿਆਨ ਦਿਆ ਜੇ, ਬੜਾ ਸਾਦਾ ਦ੍ਰਿਸ਼ਟਾਂਤ ਹੈ।
फौजी वीर ने चिट्ठी लिखी अपनी धर्म पत्नी नू ते डाकिया भरा वो साड़ी बच्ची साड़ी भैन दे कोल बह के कहिंदा मेरी प्यारी पत्नी तुसीं दसो भी चिट्ठी पढ़न वाला पति हो सकता है। पति तां वो है जिन्हें चिट्ठी भेजी है, पढ़न वाला नहीं। इस करके जे असीं गुरबाणी की कथा करन वाले जे चार अक्खर जाण गए तो अपना डेरा बना के आके भी मैं गुरु बन गया, ये भुलेख है। साडा पति केवल ते केवल गुरु ग्रंथ सच्चे पातशाह ते गुरु नानक पातशाह ने। असीं डाकिए हाँ, असीं मार्क नहीं, असीं पति नहीं। इस करके गुरु महाराज जदों कृपा करन इस गल की समझ पै सकेगी पै जांदी है। हम सर दीन दयाल न तुम सर। गुरबाणी का गुरमुख हो जे आपां एक एक नुकता बरीकी नाल विचारीए ना ते मेरा जाति विश्वास है एक नुकते नाल ही गल बन जाती, इक्के नुकते नाल। बाणी तो है ही समुद्र। हम का अर्थ है असी, इहदे पिछे राज की है। गुरु ग्रंथ सच्चे पातशाह ने सानू खुद गर्जी तो पासे किया। आप संसार दे जीव केवल ते केवल अपने घर तक अपने परिवार तक ते अपने तक सीमित भी मेरा बन जाए बाकियों का रवे जा नारा है। हम दा पर भाव है असी, पंजाबी दे असी कहिंदे, अंग्रेजी च कहिंदे ने वी ते हिंदी च कहिंदे ने हम। सर दा भाव सदर्श, वाहगुरु। साडे वर्गा गरीब कोई नहीं, भाव के असी अपने कल्यां लई नहीं, असी सारियां लई उस परमेश्वर दे कोलों मंगना है। हुण तां साडे कोल बड़ियां डिग्रियां आ गईयां ते केवल कंधां ते टंगियां ने। पुराने बजुर्गां ने वेखीदा ना, उहनां कोल डिग्रियां नहीं सन पर उहनां दी हर गल विच को राज हुंदा सी। मैं बचपन च बजुर्गों नूं वेख्या जदों शाम के टाइम ते गुरद्वारे में संख वजना ना ते उन्होंने कहना वाहगुरु सारिया का भला कर। ये मैं अपने कन्ना नाल सुनिया, वाहगुरु सारिया का भला कर ते किसी के पैरों पिछे साडा भला कर। ते हुण असीं कहने भी कल्ला मेरा भला वे दूजिया का ना होवे। जिहड़ी गुरमत है ना ਇਹ ਸਰਬੱਤ ਦੇ ਭਲੇ ਦੀ ਮੰਗ ਕਰਦੀ ਹੈ। ਹਮ ਸਰ ਤੋਂ ਭਾਵ ਮਹਾਰਾਜ ਸਾਡੇ ਵਰਗਾ ਗਰੀਬ ਕੋਈ ਨਹੀਂ, ਦੀਨ ਤੋਂ ਭਾਵ ਗਰੀਬ। ਕਈ ਥਾਵਾਂ 'ਤੇ ਦੀਨ ਦਾ ਅਰਥ ਧਰਮ ਵੀ ਆਉਂਦਾ ਪਰ ਇੱਥੇ ਦੀਨ ਦਾ ਅਰਥ ਹੈ ਗਰੀਬ। ਮਹਾਰਾਜ ਸਾਡੇ ਵਰਗਾ ਗਰੀਬ ਕੋਈ ਨਹੀਂ, ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਸੀਸ ਲੈ ਕੇ ਆਇਆ ਭਾਈ ਜੈਤਾ ਜੀ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਦਾ, ਅਤੇ ਸੀਸ ਨੂੰ ਸਵਾਏਮਾਨ ਕਰਕੇ ਪਿੱਛੇ ਖਲੋ ਗਿਆ ਅਤੇ ਕਲਗੀਧਰ ਬਾਪੂ ਨੇ ਗੁੱਟੋਂ ਫੜ ਕੇ ਜੱਫੀ ਪਾ ਕੇ ਆਖਿਆ ਸਿਖਾ ਰੰਗਰੇਟੇ ਗੁਰੂ ਕੇ ਬੇਟੇ, ਰਹਿ ਪੰਥ ਕੇ ਸੰਗ ਸਮੇਟੇ। ਲੋਕਾਂ ਨਫ਼ਰਤ ਕੀਤੀ ਇਹ ਸ਼ੂਦਰ ਨੇ, ਇਹ ਨੀਵੀਂ ਜਾਤ ਵਾਲੇ ਨੇ, ਲੇਕਿਨ ਸਾਡੇ ਗੁਰਦੇਵ ਨੇ ਜੱਫੀ ਪਾ ਕੇ ਆਖਿਆ ਤੂੰ ਮੇਰਾ ਪੁੱਤਰ ਹੈ। ਇੰਨਾ ਮਾਣ ਦਿੱਤਾ ਹੈ। ਇਸ ਕਰਕੇ ਮੇਰੇ ਵਾਹਿਗੁਰੂ ਸਾਡੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਪਰ ਕਿਰਪਾ ਕਰੀ ਆਪ ਪਤਿਆਰ ਕਿਆ ਕੀਜਾ। ਆਪਾਂ ਗੁਰਮੁਖੋ ਗੁਰੂ ਪਰਮੇਸ਼ਰ ਦਾ ਪੈਰ ਪੈਰ 'ਤੇ ਪਤਰਾਵਾ ਲੈਂਦੇ ਅਤੇ ਇੱਕ ਬੇਨਤੀ ਹੈ ਗੁਰੂ ਦਾ ਪਰਮੇਸ਼ਰ ਦਾ ਆਪਾਂ ਪਤਰਾਵਾ ਲੈਂਦੇ ਅਤੇ ਸਾਡਾ ਲੈ ਲਿਆ ਅਤੇ ਆਪਾਂ ਪਾਸ ਨਹੀਂ ਜੀ ਹੋਣਾ। ਆਪਾਂ ਤਾਂ ਪੈਰ ਪੈਰ 'ਤੇ ਪਰਖਦੇ ਹਾਂ। 20 ਸਾਲ ਪੁਰਾਣੀ ਗੱਲ, ਮੈਂ ਕਿਸੇ ਪਿੰਡ ਕਥਾ ਕਰਨ ਗਿਆ ਅਤੇ ਜਿਹੜਾ ਮੈਨੂੰ ਲੈਣ ਵਾਸਤੇ ਆਇਆ ਨਾ, ਬੜੀਆਂ ਮਾਰਫਤ ਦੀਆਂ ਬੜੀਆਂ ਉੱਚੀਆਂ ਉੱਚੀਆਂ ਗਿਆਨ ਦੀਆਂ ਗੱਲਾਂ ਕਰੇ ਅਤੇ ਮੂੰਹ ਸਿਰ ਉਹਦਾ ਬਿਲਕੁਲ ਚਟਮ। ਅਤੇ ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ ਵੀ ਭਾਈ ਸਾਹਿਬ ਤੁਸੀਂ ਗੱਲਾਂ ਬੜੀਆਂ ਗਿਆਨ ਦੀਆਂ ਕਰਦੇ ਹੋ ਅਤੇ ਮੂੰਹ ਸਿਰ ਤੇਰਾ ਗੋਮੀ ਹੈ।
ਕਹਿੰਦਾ ਗਿਆਨੀ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ। ਮੈਂ ਇੱਕਦਮ ਸੁਣ ਕੇ ਹੈਰਾਨ ਹੋ ਗਿਆ, ਮੈਂ ਕਿਹਾ ਵੀ ਗੁਰਮੁਖਾ ਗੁਰੂ ਰਾਮਦਾਸ ਨਾਲ? ਕਹਿੰਦਾ ਜੀ ਹਾਂ। ਕਹਿੰਦਾ ਜੀ ਮੈਂ 14 ਕਿੱਲੇ ਆਪਣੇ ਪਲਾੜ ਕੱਟੇ ਅਤੇ ਮੇਰਾ ਇੱਕ ਨਹੀਂ ਵਿਕਿਆ ਅਤੇ ਮੈਂ ਇੱਥੋਂ ਰਿਹਾ ਨਾ ਗਿਆ। ਮੈਂ ਕਿਹਾ ਵੀ ਗੁਰੂ ਰਾਮਦਾਸ ਪ੍ਰਾਪਰਟੀ ਲੀਡਰ ਦਾ ਕੰਮ ਨਹੀਂ ਕਰਦਾ, ਇਹ ਸਾਡੀ ਹਾਲਤ ਹੈ, ਇਹ ਸਾਡਾ ਕੰਮ ਹੋ ਜੇ, ਮੇਰੀ ਹੱਡ ਬੀਤੀ ਜਾਂ ਹੱਡ ਬੀਤੀ, ਵੀ ਜੇ ਮੇਰਾ ਕੰਮ ਹੋ ਜੇ ਤਾਂ ਮੈਂ ਗੁਰੂ ਨੂੰ ਮੰਨਦਾ ਅਤੇ ਨਹੀਂ ਤਾਂ ਨਹੀਂ। ਮੈਂ ਕਿਹਾ ਭਲਿਆ ਪੁਰਸ਼ਾ, ਤੂੰ ਗੁਰੂ ਨਾਲ ਨਾਰਾਜ਼ ਹੋ ਜਾਏਗਾ, ਗੁਰੂ ਨੂੰ ਫਰਕ ਕੋਈ ਨਹੀਂ ਪੈਂਦਾ, ਪਰ ਜੇ ਗੁਰੂ ਨਾਰਾਜ਼ ਹੋ ਗਿਆ ਤਾਂ ਸਾਡਾ ਰਹਿਣਾ ਕੱਖ ਨਹੀਂ। ਇਹ ਨਾ ਕਿਹਾ ਕਰੋ ਵੀ ਮੇਰਾ ਆਹ ਕੰਮ ਨਹੀਂ ਹੋਇਆ ਅਤੇ ਮੈਂ ਆਹ ਨਹੀਂ ਕਰਨਾ, ਅਰਦਾਸ ਕਰੀਏ ਵਾਹਿਗੁਰੂ ਮੇਰਾ ਪਤਰਾਵਾ ਨਾ ਲਵੀਂ, ਮੈਂ ਪਾਸ ਨਹੀਂ ਹੋਣਾ, ਇੱਕ ਮੇਰੇ ਤੇ ਕਿਰਪਾ ਕਰ। ਬਚਨੀ ਤੋਰ ਮੋਰ ਮਨ ਮਨ, ਮੈਂ ਹਮੇਸ਼ਾ ਇਹ ਕਹਿੰਦਾ ਵੀ ਤੂੰ ਮੇਰੇ ਬਚਨਾਂ ਦੇ ਮੁਤਾਬਕ ਚੱਲ, ਮੈਂ ਗਲਤ ਹਾਂ, ਕਿਰਪਾ ਕਰ ਮੈਂ ਤੇਰੇ ਬਚਨਾਂ ਦੇ ਮੁਤਾਬਕ ਚੱਲਣਾ ਕਰਾਂ, ਜੋ ਤੇਰਾ ਹੁਕਮ ਹੈ ਨਾ, ਗੁਰਮੁਖ ਤੇਰਾ ਭਾਣਾ ਭਾਵੇ, ਹੇ ਮੇਰੇ ਵਾਹਿਗੁਰੂ ਤੇਰੇ ਬਚਨਾਂ ਦੇ ਮੁਤਾਬਕ, ਤੇਰੇ ਹੁਕਮ ਦੇ ਮੁਤਾਬਕ ਮੇਰਾ ਮਨ ਮੰਨ ਜਾਏ, ਮੇਰਾ ਤੇਰੇ 'ਤੇ ਵਿਸ਼ਵਾਸ ਰਵੇ ਜੀ। ਜਨ ਕੋ ਪੂਰਨ ਦੀਜਾ, ਪਾਤਸ਼ਾਹ ਅਸੀਂ ਅਧੂਰੇ ਹਾਂ ਅਤੇ ਸਾਡੇ 'ਤੇ ਮਿਹਰ ਕਰੀ ਕਿਤੇ ਅਸੀਂ ਮੁਕੰਮਲ ਹੋ ਜਾਈਏ, ਅਧੂਰੇ ਨਾ ਦੁਨੀਆਂ ਤੋਂ ਤੁਰ ਜਾਈਏ, ਸਾਡੇ 'ਤੇ ਮਿਹਰ ਕਰ, ਅਸੀਂ ਅਧੂਰੇ ਹਾਂ, ਸਾਨੂੰ ਮੁਕੰਮਲ ਕਰਨਾ ਕਰ। ਹਉ ਬਲ ਬਲ ਜਾਉ ਰਮਈਆ ਕਾਰਣੇ, ਇਹ ਰਮੇ ਹੋਏ ਰਾਮ ਮੈਂ ਤੁਹਾਥੋਂ ਕੁਰਬਾਨ ਜਾਣਾ, ਸਦਕੇ ਜਾਣਾ ਹਾਂ ਮਨ ਕਰਕੇ ਬਾਣੀ ਕਰਕੇ। ਕਾਰਨ ਕਵਨ ਅਬੂਲ, ਔਰ ਕੀ ਵਜ੍ਹਾ ਕਿ ਆਪ ਬੋਲਦੇ ਨਹੀਂ ਰਹਾਉ? ਗੁਰਮੁਖੋ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਬੋਲਦੇ ਹਨ। ਇੱਕ ਵੇਰਾ ਮੈਂ ਕਿਸੇ ਨਗਰ ਕਥਾ ਕਰਨ ਗਿਆ ਅਤੇ ਮੈਂ ਸੁਭਾਵਕ ਉੱਥੇ ਬਚਨ ਕੀਤਾ ਵੀ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਨੇ, ਕਿਉਂਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰਾ ਇਸ਼ਟ ਹੈ, ਮੈਂ ਉਹਦਾ ਸਿੱਖ ਹਾਂ। ਮੈਂ ਜਾਣ ਕੇ ਨਹੀਂ, ਮੈਂ ਆਪਣੇ ਸੰਸਕਾਰਾਂ ਦੇ ਮੁਤਾਬਕ ਅਤੇ ਰੂਟੀਨ ਦੇ ਮੁਤਾਬਕ ਬੇਨਤੀ ਕੀਤੀ ਵੀ ਮਹਾਰਾਜ ਭੋਗ ਲਾਉਂਦਾ ਹੈ। ਅਗਲੇ ਦਿਹਾੜੇ ਕੁਦਰਤੀ ਤੌਰ 'ਤੇ ਮੇਰੀ ਮਾਤਾ ਭਾਗ ਕੌਰ ਜੀ ਦੇ ਗੁਰਦੁਆਰੇ ਸਭ ਡਿਊਟੀ ਲੱਗ ਗਈ, ਉਹ ਦੋ ਬੜੇ ਅਪ ਟੂ ਡੇਟ ਮੈਨੂੰ ਕਹਿਣ ਲੱਗੇ ਵੀ ਗਿਆਨੀ ਤੁਸੀਂ ਸਾਡੇ ਪਿੰਡ ਕਥਾ ਗਲਤ ਕਰਕੇ ਆਇਓ, ਆਖਿਰ ਤੁਸੀਂ ਕਿਹਾ ਵੀ ਗੁਰੂ ਪਾਤਸ਼ਾਹ ਭੋਗਣਾ, ਤਾਂ ਮੈਂ ਕਿਹਾ ਗੁਰਮੁਖੋ ਤੁਸੀਂ ਕੱਲ੍ਹ ਨੂੰ ਕਹੋਗੇ ਵੀ ਗੁਰੂ ਸੁਣਦਾ ਕਿਵੇਂ ਹੈ? ਅਸੀਂ ਵਿਸ਼ਵਾਸ ਰੱਖਣਾ। ਕਹਿਣ ਲੱਗੇ ਗੁਰੂ ਦੀ ਜ਼ਬਾਨ ਵਿਖਾਓ, ਅਤੇ ਮੈਂ ਕਿਹਾ ਤੁਸੀਂ ਕਹੋ ਗੁਰੂ ਦੇ ਕੰਨ ਵਿਖਾਓ। ਗੁਰੂ ਇੱਕ ਸੱਤਿਆ ਦਾ ਨਾਂ ਹੈ, ਅਤੇ ਜੇ ਗੁਰੂ ਭੋਗ ਨਹੀਂ ਲਾਉਂਦਾ, ਛਕਦਾ ਨਹੀਂ, ਤਾਂ ਗੁਰਮੁਖੋ ਗੁਰੂ ਸੁਣਦਾ ਕਿਵੇਂ? ਸਾਧ ਸੁਣਦਾ, ਸਾਧ ਵੇਖਦਾ, ਇਹ ਸਾਡਾ ਵਿਸ਼ਵਾਸ ਹੀ ਕੱਚਾ ਹੈ, ਸਾਡਾ ਵਿਸ਼ਵਾਸ ਕੱਚਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਡਾ ਵਿਸ਼ਵਾਸ ਵਧੇ। ਕੀ ਵਜ੍ਹਾ ਕਾਰਨ ਕਮਨ ਅਬੋਲ, ਫਿਰ ਇਹ ਜਿਹੜੇ ਦੇਹਧਾਰੀਆਂ ਨੂੰ ਮੰਨਣ ਵਾਲੇ ਕਹਿੰਦੇ ਜੀ ਤੁਹਾਡਾ ਗੁਰੂ ਬੋਲਦਾ ਨਹੀਂ, ਕਿੱਡਾ ਝੂਠ ਬੋਲਦੇ ਆ, ਉਹਨਾਂ ਦਾ ਗੁਰੂ ਇੱਕ ਘੰਟਾ ਬੋਲੇਗਾ, ਦੋ ਘੰਟੇ ਬੋਲੇਗਾ ਅਤੇ ਮੁੜ ਕੇ ਕਹੇਗਾ ਵੀ ਮੈਨੂੰ ਮੇਰੀਆਂ ਜਿਹੜੀਆਂ ਮੋਹਰਾਂ ਘੁੱਟੋ, ਮੇਰੇ ਜਿਹੜੇ ਡੌਲੇ ਖਿੱਚੀ ਦੇ ਨੇ। ਸਾਡਾ ਗੁਰੂ ਇੰਨਾ ਚਿਰ ਬੋਲਦਾ ਵੀ ਪੰਜ ਖੰਡ ਪਾਠੀ ਵੀਰ ਪ੍ਰਸ਼ਾਦਾ ਪਾਣੀ ਛੱਕ ਕੇ ਇਸ਼ਨਾਨ ਪਾਨ ਕਰਕੇ ਅਤੇ ਆਰਾਮ ਕਰਕੇ ਅਤੇ ਦੋ ਘੰਟੇ ਰੌਲ ਲਾਉਂਦੇ ਨੇ ਅਤੇ ਕਹਿੰਦੇ ਮੈਂ ਥੱਕ ਗਿਆ। ਉਹਨਾਂ ਪੰਜ ਵੀਰਾਂ ਨੇ ਵਾਰ ਵਾਰ ਰੌਲਾਂ ਲਾਈਆਂ, ਪਰ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਨੇ ਕਦੇ ਨਹੀਂ ਆਖਿਆ ਵੀ ਗੁਰਮੁਖੋ ਮੈਨੂੰ ਵੀ ਸਾਹ ਲੈ ਲੈਣ ਦਿਓ, ਮੈਂ ਵੀ ਥੱਕ ਗਿਆ। ਗੁਰਦੇਵ ਬੋਲਦਾ ਹੈ, ਪਰ ਕਿਹਨਾਂ ਨਾਲ? ਜਿਹੜੇ ਬੁਲਾਉਂਦੇ, ਜਿਹੜਾ ਆਪਣੇ ਬੋਲੇ, ਆਪਾਂ ਕਹਿੰਦੇ ਫਲਾਣਾ ਪਾਗਲ ਹੋ ਗਿਆ, ਇਕੱਲਾ ਹੀ ਗੱਲਾਂ ਕਰੀ ਜਾਂਦਾ। ਆਪਾਂ ਗੁਰੂ ਨੂੰ ਬੁਲਾਉਂਦੇ ਨਾ, ਗੁਰੂ ਕਾ ਹੁਕਮਨਾਮਾ ਗੁਰੂ ਦੇ ਬਚਨ ਹਨ। ਇਹਦੇ ਨਾਲ ਇੱਕ ਹੋਰ ਬੇਨਤੀ ਕਰਾਂ, ਸਾਡਾ ਵਿਸ਼ਵਾਸ ਬੜਾ ਕੱਚਾ ਹੈ। ਕਈ ਥਾਵਾਂ 'ਤੇ ਵੇਖਿਆ ਵੀ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਹੁਕਮਨਾਮਾ ਕਰਦੇ ਹਾਂ, ਇਹ ਨਹੀਂ ਕਰਨਾ ਚਾਹੀਦਾ। ਸੁੱਤੇ ਸਿੱਧ ਜਿਹੜਾ ਵੀ ਗੁਰੂ ਕਾ ਫਰਮਾਨ ਆਵੇ, ਉਹਨੂੰ ਗੁਰੂ ਕੇ ਫਰਮਾਨ ਨੂੰ ਸੱਤ ਕਰਕੇ ਮੰਨਣਾ ਹੈ, ਜੋ ਵੀ ਆਵੇ।
ਅਸੀਂ ਤਾਂ ਇੱਥੋਂ ਤੱਕ ਮੈਂ ਵੇਖਿਆ ਮੇਰੀ ਜ਼ਬਾਨ ਆਗਿਆ ਨਹੀਂ ਦਿੰਦੀ ਮੈਂ ਕਹਾਂ ਗਿਆਨੀ ਜੋ ਹੁਕਮਨਾਮਾ ਚੰਗਾ ਨਹੀਂ ਹੈ ਕੋ ਚੰਗਾ ਹੁਕਮਨਾਮਾ ਕੱਢੋ ਜ਼ਬਾਨ ਸੜ ਜੇ ਇਹੋ ਜੀ ਗੁਰਮੁਖੋ ਗੁਰੂ ਕਾ ਇੱਕ ਇੱਕ ਅੱਖਰ ਇੱਕ ਓਂਕਾਰ ਤੋਂ ਲੈ ਕਰਕੇ ਨਾਨਕੋ ਸੀ ਪੀ ਸੱਚ ਤੱਕ ਅੰਮ੍ਰਿਤ ਰੂਪ ਹੈ ਪਰ ਬਦਕਿਸਮਤੀ ਸਾਡਾ ਵਿਸ਼ਵਾਸ ਕੱਚਾ ਕਾਰਨ ਕਵਨ ਅਬੋਲ ਮੇਰੇ ਸਤਿਗੁਰੂ ਕੀ ਵਜ੍ਹਾ ਹੈ ਆਪ ਬੋਲਦੇ ਨਹੀਂ ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ ਬਹੁਤ ਜਨਮ ਵਿਛੁਰੇ ਥੇ ਮਾਦੋ ਗੁਰਮੁਖੋ ਕੋਈ ਆਪਾਂ ਨੂੰ ਕੋਈ ਪਤਾ ਨਹੀਂ ਵੀ ਆਪਾਂ ਕਿੰਨੀਆਂ ਕੁ ਜੂਨਾਂ ਭੋਗੀਆਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣਗੀ ਬਰੀਆ ਚਿਰੰਗ ਕਾਲ ਇਹ ਦੇਹ ਸੰਜਰੀਆ ਹੇ ਮੇਰੇ ਵਾਹਿਗੁਰੂ ਬਹੁਤ ਸਾਰੇ ਜਨਮਾਂ ਤੋਂ ਲੈ ਕਰਕੇ ਅਸੀਂ ਤੇਰੇ ਨਾਲ ਟੁੱਟੇ ਹਾਂ ਸਾਡੇ 'ਤੇ ਕਿਰਪਾ ਕਰੀ ਇਹੋ ਜਨਮ ਤੁਮਾਰੇ ਲੇਖੇ ਜਿਹੜਾ ਇਹ ਮਨੁੱਖਾ ਜਨਮ ਹੈ ਨਾ ਕਿਤੇ ਤੇਰੇ ਲੇਖੇ 'ਚ ਲੱਗ ਜਾਏ ਅਸੀਂ ਰੋਜ਼ਾਨਾ ਸ਼ਾਮ ਦੇ ਟਾਈਮ 'ਤੇ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ ਸੁਣਦੇ ਹਾਂ ਉੱਥੇ ਪੰਕਤੀਆਂ ਵੱਲ ਧਿਆਨ ਲਿਜਾਇਆ ਕਰੋ ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹੜਾ ਦਿਓਰੀਆ ਸ਼ਬਦ ਹੈ ਨਾ ਇਹਦਾ ਅਰਥ ਹੈ ਦਲੀਜ ਅੱਜ ਕੱਲ੍ਹ ਦੀ ਬੋਲੀ ਵਿੱਚ ਇਹ ਆਮ ਪ੍ਰਚਲਿਤ ਨਹੀਂ ਅਸੀਂ ਪੁਰਾਣਿਆਂ ਬਜ਼ੁਰਗਾਂ ਕੋਲ ਸੁਣਿਆ ਜਦੋਂ ਆਪਾਂ ਦਰਵਾਜ਼ੇ ਦਾ ਥੱਲੇ ਦਾ ਹਿੱਸਾ ਨਾ ਉਹਨੂੰ ਦਲੀਜ ਕਹਿੰਦੇ ਦਲੀਜ ਦਲੀਜ ਵਿੱਚ ਬੈਠਾ ਹੋਇਆ ਬੰਦਾ ਅੰਦਰ ਵੀ ਜਾ ਸਕਦਾ ਅਤੇ ਬਾਹਰ ਵੀ ਜਾ ਸਕਦਾ ਇਹ ਦਿਓਰੀਆ ਸ਼ਬਦ ਮਹਾਰਾਜ ਨੇ ਤਾਂ ਵਰਤਿਆ ਵੀ ਗੁਰਮੁਖਾ ਇਹ ਮਨੁੱਖਾ ਜਨਮ ਇੱਕ ਦਲੀਜ ਹੈ ਇਹ ਤੇਰੀ ਮਰਜ਼ੀ ਕਿ ਤੂੰ ਸੰਸਾਰ ਵਾਲੇ ਪਾਸੇ ਵੱਲ ਜਾਣਾ ਕਿ ਕਰਤਾਰ ਵਾਲੇ ਪਾਸੇ ਜਾਣਾ ਦੋ ਰਸਤੇ ਨੇ ਇੱਕ ਕਰਤਾਰ ਵਾਲਾ ਪਾਸਾ ਇੱਕ ਸੰਸਾਰ ਵਾਲਾ ਪਾਸਾ ਚੋਣ ਤੂੰ ਕਰਨੀ ਹੈ ਇਸ ਕਰਕੇ ਅਸੀਂ ਬੇਨਤੀ ਕਰਨੀ ਮਹਾਰਾਜ ਇਹ ਮਨੁੱਖਾ ਜਨਮ ਦਰਵਾਜ਼ੇ 'ਚ ਬਹਿ ਕਰਕੇ ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ ਸਾਨੂੰ ਆਪਣੇ ਵਿੱਚ ਭੇਦ ਕਰ ਲਾ ਆਪਣੇ ਨਾਲ ਜੋੜ ਨਾ ਕਰੋ ਜੀ ਵਾਹਿ ਰਵਿਦਾਸ ਆਸ ਲਗ ਜੀਵੋ ਸੋ ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖਾ ਜਿੰਨਾ ਚਿਰ ਜੀਵਨ ਹੈ ਨਾ ਉਹਨਾਂ ਚਿਰ ਆਸ ਰੱਖ ਜਦੋਂ ਇਹ ਆਸ ਦੀ ਗੱਲ ਪੜ੍ਹੀ ਦੀ ਤਾਂ ਗੁਰਮੁਖੋ ਮੇਰੇ ਸਾਹਮਣੇ ਮਾਤਾ ਭਾਗ ਭਰੀ ਦਾ ਤਿਆਰ ਚੇਤੇ ਆ ਜਾਂਦਾ ਹੈ ਇਹ ਗੁਰੂ ਘਰ ਦੀ ਪ੍ਰਚਾਰਕ ਸੀ ਬੀਬੀ ਸਮੇਂ ਦੇ ਨਾਲ ਬੁਢਾਪਾ ਆਉਂਦਾ ਹੈ ਉਸ ਮਾਤਾ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਸਤੇ ਇੱਕ ਖਦਰ ਦਾ ਰੇਜਾ ਤਿਆਰ ਕੀਤਾ ਖਦਰ ਦਾ ਇਹ ਸਾਡਾ ਗੁਰੂ ਹੈ ਜਿਹੜਾ ਖੱਦਰ ਦੇ ਰੇਜਾ ਵੀ ਲੈ ਕਰਕੇ ਲੋਕ ਪਲੋਕ ਦਾ ਪਰਦਾ ਢੱਕ ਦਿੰਦਾ ਅਤੇ ਅੱਜ ਕੱਲ੍ਹ ਦੇ ਭਲਾ ਗੁਰੂ ਇਹ ਕੰਮ ਕਰਨਗੇ ਅੱਜ ਇਵੇਂ ਬੀਬੀਆਂ ਭੈਣਾਂ ਨੇ ਮੈਂ ਆਮ ਬੋਲਦਾ ਰਹਿੰਦਾ ਗਿਆਨੀ ਜੀ ਸਾਡੇ ਬਾਬਾ ਜੀ ਰੋਟੀ ਨਹੀਂ ਖਾਂਦੇ ਮੈਂ ਕਿਹਾ ਭੈਣ ਜੀ ਤੇਰੀ ਬਾਬੇ ਨੇ ਐਪਲ ਜੂਸ ਦੀਆਂ 3 ਸ਼ੀਸ਼ੀਆਂ ਚਾੜੀਆਂ ਅਤੇ ਰੋਟੀ ਖਾਓ ਭਲਾ ਹੈ ਜਿਹਨੇ ਐਪਲ ਜੂਸ ਪੀਤਾ ਰੋਟੀ ਕਿੱਥੇ ਖਾਂਦਾ ਹੈ ਇਹੋ ਜਿਹੇ ਚੱਕਰਾਂ 'ਚ ਨਾ ਪਿਆ ਕਰੋ ਬਾਣੀ ਕਹਿੰਦੀ ਹੈ ਤਜੇ ਅੰਨ ਨਾ ਮਿਲੇ ਗੋਪਾਲ ਇਕੱਲਾ ਰੋਟੀ ਨੂੰ ਤਿਆਗਣ ਨਾਲ ਰੱਬ ਨਹੀਂ ਜੇ ਮਿਲਣਾ ਇਹ ਵਿੱਚੋਂ ਸੁਭਾਵਿਕ ਗੱਲ ਆ ਗਈ ਮਾਤਾ ਦੇ ਮਨ ਦੀ ਰੀਝ ਹੈ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਿਤੇ ਆਉਣ ਅਤੇ ਇਹ ਗਰੀਬਣੀ ਦਾ ਚੋਲਾ ਪ੍ਰਵਾਨ ਕਰਨ ਉਸ ਮਾਤਾ ਦਾ ਪੁੱਤਰ ਸੀ ਸੇਵਾਦਾਸ ਲੋਕ ਉਹਨੂੰ ਕਹਿੰਦੇ ਨੇ ਵੀ ਆਪਣੀ ਮਾਂ ਨੂੰ ਸਮਝਾ ਜਿੱਥੇ ਤੋਪਾਂ ਭੇੜ ਕਰਦੇ ਨੇ ਲੋਕ ਜਿੱਥੇ ਦੁਸ਼ਾਲੇ ਭੇੜ ਕਰਦੇ ਜਿੱਥੇ ਕੀਮਤੀ ਕੀਮਤੀ ਘੋੜੇ ਚੜ੍ਹਦੇ ਨੇ ਭਲਾ ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇਰੀ ਮਾਤਾ ਦੇ ਖੱਦਰ ਦੇ ਰੇਜੇ ਨੂੰ ਲੈਣ ਲਈ ਆਉਣਗੇ ਸਮਝਾ ਲੋਕਾਂ ਦੇ ਪ੍ਰੇਰਨਾ ਦੇਣ 'ਤੇ ਕਦੇ ਨਾ ਕਦੇ ਸੇਵਾਦਾਸ ਆਪਣੀ ਮਾਤਾ ਜੀ ਨੂੰ ਬੇਨਤੀ ਕਰਦੇ ਨੇ ਲੇਕਿਨ ਮਾਤਾ ਭਾਗ ਭਰੀ ਕਹਿੰਦੀ ਪੁੱਤਰ ਮੈਨੂੰ ਅੰਤਮ ਸਵਾਸ ਤਾਂ ਗੁਰੂ 'ਤੇ ਵਿਸ਼ਵਾਸ ਹੈ ਵੀ ਸਤਿਗੁਰੂ ਪਾਤਸ਼ਾਹ ਮੈਨੂੰ ਨਿਵਾਜਣਗੇ ਮਿਲ 'ਤੇ ਕਿਰਪਾ ਕਰਨਗੇ
समा आया धन गुरु हरगोबिंद सच्चे पातशाह श्रीनगर गए माता का घर बड़ा खुला सी दरवाजे थानी सतगुरु पातशाह महाराज अंदर गए माता की उम्र बढ़ेरी है खूंडी फड़ के दरवाजे तक आए महाराज की रकाब के अगे आण के मत्था टेकया नदरी नदर निहाल हो गए और उस माता ने धन गुरु हरगोबिंद सच्चे पातशाह महाराज वास्ते चोला तैयार किया हजूर ने पहनिया ते कहन लगे बीबी को होर इच्छा कहन लगी चुहाड़े तो बिना को होर इच्छा है ही नहीं किन्नी वडभागी होवेगी वह माता के धन गुरु हरगोबिंद सच्चे पातशाह महाराज के सामने उस बीबी ने शरीर छड़िया ते धन गुरु हरगोबिंद सच्चे पातशाह ने उस माता भाग भरी नूं नवाजिया पर किन्ना दी गल जिन्हां नूं आस है जिन्हां नूं उम्मीद है कह रविदास आस लग जीवो हे मेरे वाहगुरु जिन्ना चिर मेरे प्राण ने मेरे ते कृपा करी मैं तेरे ते आस रखा उम्मीद रखा जी चिर भयो दर्शन देखे बहुत समा हो गया तुहाडे दर्शन कीतियां नू ते दर्शन करन दे बारे आपां रोजाना पढ़दे आं होवे सिफत कसम दे नूर अरसों कुरसों झटगे तुद जिठे सच्चे पातशाह मल जन्म जन्म जी कटगे तेरे दीदार करन दे नाल जन्मां जन्मात्रां दी मैल लह जांदी है ये पावन सिख्या बाबा रविदास जी दे रसना द्वारा सतगुरु पातशाह ने सानू दित्ती पे सिखा मैं इहनूं त्याग कल्ला अपने लिए नहीं सारियां वास्ते उस परमात्मा कोल रहमत दी मंग कर ते बाकी जिंदगी पर्यंत जिन्ना चिर तेरे प्राण ने आस रख उम्मीद रख कदे ना कदे तेरे ते कृपा होवेगी हुण लड़ीवार संथिया विच धन गुरु अमरदास महाराज जिवें कृपा करदे ने सरवण करिए जी एक ओंकार सतगुर प्रसाद एक अद्वैत रूपी ब्रह्म सच्चे गुरु की कृपा नाल प्राप्त हुंदा है राम कली महला तीजा घर पहला राम कली राग विच धन गुरु अमरदास पातशाह महाराज पहले घर सुरताल विच कृपा करदे हन सतयुग सच कह सब कोई जगयासुआ ने बेनती कीती भी पातशाह कृपा करो वख वख युगां दे बारे वख वख लोकां दे विचार ने ते आप कृपा करके समझाओ कि गुरमां दा इहदे बारे की विचार है तो सतगुरु पातशाह कहिंदे गुरमुखो जिहड़ा सतयुग दा जमाना सी ना उहदे विच सारे लोकी सच बोलदे सन सच युग दा अर्थ दो भी हुंदा है युग दा अर्थ जुड़ना भी हुंदा है मेरी अपनी जो समझ उहदे मुताबक भावें आपां कलयुग विच जिउंदे गुरमुखो जदों असीं सत नाल जुड़े उदों सतयुगी हाँ भावें समां कलयुग दा है आम नियम दे मुताबक पर जे सत नाल जुड़े तां असीं सतयुगी हाँ जदों कल्पना ते कलेश नाल जुड़े उदों असीं कलयुगी हाँ सतगुरु पातशाह कहिंदे सतयुग दे जमाने विच सारे दे सारे लोकी सच बोलदे सन घर घर भगत गुरमुख होई और गुरमुख घर घर दे विच गुरु दी सिख्या दे द्वारा भय च रहिंदे सन परमात्मा दी भगती करदे सन सतयुग धर्म पैर है चार और उस सतयुग दे जमाने च धर्म दे चार पैर सन सत ताप जग ते दान ये चार नियम सन सत्ते चलना जग करने शरीर की परवाह नहीं करनी ते अपने हथों किसी ना किसी नूं कुछ देना इहनूं कहिंदे दान गुरमुखो आपां आम लैण देण करदे आं उधार देने ते आपां लै लैंदे आं लेकिन दान का भाव हुंदा भी दे करके ते मुड़ के झाक नहीं रखनी जिहड़ा आपां व्यापार करदे आ ना
ਵੀ ਗੁਰਮੁਖਾ ਤੂੰ ਧਾਰ ਲੈ ਲਿਆ ਭਾਈ ਹੁਣ ਮੈਨੂੰ ਵੀ ਮੋੜ ਦੇ। ਲੇਕਿਨ ਦਾਨ ਦਾ ਅਰਥ ਹੈ ਵੀ ਦੇ ਕਰਕੇ ਮੁੜ ਕੇ ਉਹਦੇ ਦੇ ਕੋਲੋਂ ਮੰਗਣ ਦੀ ਝਾਗ ਨਿਖਣੀ, ਉਹਨੂੰ ਦਾਨ ਕਹਿੰਦੇ ਹਨ। ਇਸ ਕਰਕੇ ਸੱਤ ਦੇ ਧਾਰਨੀ ਜਾਗ ਕਰਨਾ, ਆਪਣੇ ਸਰੀਰ 'ਤੇ ਗਰਮੀ ਅਤੇ ਸਰਦੀ ਨੂੰ ਝੱਲਣਾ, ਹੱਥੋਂ ਦੇ ਕੇ ਭਲਾ ਮਨਾਏ, ਇਹਨਾਂ ਲੋਕਾਂ ਦਾ ਸੁਭਾਅ ਸੀ। ਸੋ ਇਸ ਪ੍ਰਕਾਰ ਫਿਰ ਪੰਕਤੀ ਪੜ੍ਹੋ। ਉਹ ਸਤਿਯੁਗ ਧਰਮ ਪੈਰ ਹੈ ਚਾਰ, ਔਰ ਉਹ ਸਤਿਯੁਗ ਦੇ ਜ਼ਮਾਨੇ ਵਿੱਚ ਇਹ ਧਰਮ ਦੇ ਚਾਰ ਪੈਰ ਸਨ, ਇਹ ਚਾਰ ਅੰਗ ਸਨ। ਗੁਰਮੁਖ ਬੂਝੈ ਕੋ ਵਿਚਾਰ, ਕੋਈ ਗੁਰੂ ਦੇ ਰਾਹੀਂ ਇਸ ਵਿਚਾਰ ਨੂੰ ਸਮਝ ਸਕਦਾ ਹੈ, ਬੁੱਝ ਸਕਦਾ ਹੈ। ਵਿਚਾਰੇ ਨਾਮ ਵਡਿਆਏ ਹੋਏ, ਇਹ ਵੱਖਰੀ ਗੱਲ ਹੈ ਵੀ ਇਹ ਵੱਖ ਵੱਖ ਨਿਯਮ ਸਨ, ਪਰ ਭਾਵੇਂ ਦੁਆਪਰ ਹੈ, ਭਾਵੇਂ ਤ੍ਰੇਤਾ ਹੈ, ਭਾਵੇਂ ਕਲਯੁਗ ਹੈ, ਪਰ ਹਰ ਯੁੱਗ ਵਿੱਚ ਨਾਮ ਦੀ ਵਡਿਆਈ ਹੈ, ਨਾਮ ਦੀ ਮਹਿਮਾ ਹੈ। ਜੇ ਨਾਮ ਲਾਗੈ ਸੋ ਮੁਕਤ ਹੋਵੈ, ਔਰ ਜੋ ਵੀ ਗੁਰਮੁਖ ਪਿਆਰੇ ਇੱਥੇ ਹਿੰਦੂ ਸਿੱਖ ਮੁਸਲਮਾਨ ਈਸਾਈ ਉੱਚੇ ਨੀਵੇਂ ਕਾਲੇ ਗੋਰੇ ਦੀ ਵਿਚਾਰ ਨਹੀਂ, ਜਿਹੜੇ ਵੀ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਉਹ ਮੁਕਤ ਹੋ ਗਏ। ਦਰਅਸਲ ਆਪਾਂ ਇਹ ਵੀ ਪੜ੍ਹਦੇ ਹਾਂ, ਮੁਗੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਅਤੇ ਮਹਾਰਾਜ, ਜੇ ਮੁਕਤ ਮਰਿਆਂ ਤੋਂ ਬਾਅਦ ਮੁਕਤੀ ਦਿਓਗੇ ਤਾਂ ਇੱਕ ਕਿਸ ਨੂੰ ਪਤਾ ਵੀ ਮੁਕਤ ਹੋਏ ਕਿ ਨਹੀਂ ਹੋਏ। ਦਰਅਸਲ ਮੁਕਤੀ ਦਾ ਅਰਥ ਇਹ ਹੈ ਪਕੜ ਤੋਂ ਰਹਿਤ ਹੋਣਾ, ਮੁਕਤ ਦਾ ਭਾਵ ਹੈ ਪਕੜ ਤੋਂ ਰਹਿਤ ਹੋਣਾ, ਜਿਹਨੂੰ ਆਪਾਂ ਗੁਰਬਾਣੀ 'ਚ ਕਹਿੰਦੇ ਹਾਂ ਕਹੋ ਨਾਨ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਇਹ ਨਹੀਂ ਵੀ ਆਪਾਂ ਘਰ ਬਾਰ ਛੱਡ ਦੇਣਾ, ਕਿਸੇ ਛੱਡ ਕੇ ਅਤੇ ਬਾਹਰ ਨੰਗ ਹੋ ਜਾਣਾ, ਨਹੀਂ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਉਸ ਘਰ ਵਿੱਚ ਰਹਿੰਦਿਆਂ ਹੋਇਆਂ ਉਹਨੂੰ ਗੁਰੂ ਪਰਮੇਸ਼ਰ ਦਾ ਜਾਣ ਕਰਕੇ ਉਹਦੇ ਨਾਲ ਪਕੜ ਨਹੀਂ ਰੱਖਣੀ। ਜਿਵੇਂ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇਹ ਪੜ੍ਹਦੇ ਹਾਂ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇੱਕ ਪਾਸੇ ਉਹ ਰਾਜਾ ਹੈ, ਲੇਕਿਨ ਰਾਜਾ ਹੁੰਦਿਆਂ ਹੋਇਆਂ ਵੀ ਉਹਨੂੰ ਗੁਰਮੁਖ ਲਿਖਿਆ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਨੂੰ ਵੀ ਆਪਣੀ ਪਰਮੇਸ਼ਰ ਦੀ ਕਰਕੇ ਜਾਣਦਾ ਉਹ ਮੁਕਤ ਹੈ। ਉੱਥੇ ਜ਼ਿਕਰ ਆਉਂਦਾ ਵੀ ਸੁਖਦੇਵ ਉਹਨਾਂ ਕੋਲੋਂ ਦੀਕਸ਼ਾ ਲੈਣ ਲਈ ਗਿਆ। ਇਹ ਸੁਭਾਵਕ ਆਪਾਂ ਵੇਖਦੇ ਹਾਂ ਕੁਦਰਤ ਦਾ ਨਿਯਮ ਹੈ, ਆਪਣਿਆਂ ਕੋਲੋਂ ਗੁਣ ਨਹੀਂ ਲਿਆ ਜਾਂਦਾ। ਮੇਰਾ ਚਾਚਾ ਬ੍ਰਹਮ ਗਿਆਨੀ ਕਿਵੇਂ ਹੋਵੇਗਾ, ਮੇਰਾ ਵੱਡਾ ਭਰਾ ਬ੍ਰਹਮ ਗਿਆਨੀ ਕਿਵੇਂ ਹੋਵੇਗਾ, ਭਲਾ ਮੇਰਾ ਘਰ ਵਾਲਾ ਬ੍ਰਹਮ ਗਿਆਨੀ ਹੋ ਸਕਦਾ? ਸਾਡੇ ਅੰਦਰ ਸ਼ੰਕਾ ਆਉਂਦਾ। ਇਸ ਕਰਕੇ ਦੂਜੇ ਆਣ ਕੇ ਲਾਭ ਲੈ ਜਾਂਦੇ, ਆਪਣੇ ਖਾਲੀ ਰਹਿ ਜਾਂਦੇ ਹਨ। ਵਿਆਸ ਰਿਖੀ ਦਾ ਪੁੱਤ ਸੁਖਦੇਵ ਆਪਣੇ ਪਿਤਾ ਦੀ ਪ੍ਰੇਰਨਾ ਦੇ ਦੁਆਰਾ ਰਾਜੇ ਜਨਕ ਕੋਲੋਂ ਦੀਕਸ਼ਾ ਲੈਣ ਲਈ ਗਿਆ, ਅਤੇ ਜਦੋਂ ਉਹ ਦੀਕਸ਼ਾ ਲੈਣ ਲਈ ਗਿਆ ਤਾਂ ਉਹਦੇ ਮੁਲਾਜ਼ਮ ਕਹਿਣ ਲੱਗੇ ਵੀ ਮਿੱਤਰਾ ਜੋ ਕੋਈ ਤੇਰੇ ਕੋਲ ਡਿਊੜੀ 'ਚ ਰੱਖ ਜਾ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਨਾ, ਅਤੇ ਆਪਾਂ ਨੂੰ ਸੇਵਾਦਾਰ ਕਹਿੰਦੇ ਵੀ ਗੁਰਮੁਖ ਪਿਆਰਿਓ ਬੈਗ ਇੱਥੇ ਰੱਖ ਜਾਓ, ਭੈਣ ਜੀ ਝੋਲਾ ਰੱਖ ਜਾਓ। ਆਪਾਂ ਕਈ ਵਾਰ ਇਸ ਗੱਲ 'ਤੇ ਗਿਲਾ ਕਰਦੇ ਹਾਂ ਵੀ ਦੱਸੋ ਮੇਰੇ ਝੋਲੇ ਨਾਲ ਕੀ ਫਰਕ ਪੈ ਗਿਆ ਇਹਨਾਂ ਨੂੰ, ਮੈਂ ਮੱਥਾ ਟੇਕਣਾ ਅਤੇ ਝੋਲਾ ਮੇਰੇ ਕੋਲ ਕੀ ਇਤਰਾਜ਼ ਹੈ? ਗੁਰਮੁਖੋ ਗੱਲ ਝੋਲੇ ਅਤੇ ਬੈਗ 'ਤੇ ਇਤਰਾਜ਼ ਦੀ ਨਹੀਂ, ਇਹਦੇ ਪਿੱਛੇ ਇੱਕ ਇੰਟਰਨਲ ਭਾਵ ਹੈ ਕੋਈ ਨਾ ਕੋਈ। ਉਹ ਇਹ ਹੈ ਜਦੋਂ ਵੀ ਕਿਤੇ ਜਾਈਦਾ ਅਤੇ ਖਾਲੀ ਹੋ ਕੇ ਜਾਈਦਾ ਤਾਂ ਕਿ ਉੱਥੋਂ ਲੈ ਕੇ ਆਈਏ। ਬੈਗ ਅੰਦਰ ਜਾਣ ਦੇ ਨਾਲ ਅਤੇ ਝੋਲਾ ਜਾਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਦਾ ਇੰਤਰੀਬ ਭਾਵ ਹੈ ਵੀ ਅਸੀਂ ਖਾਲੀ ਹੋ ਕੇ ਜਾਈਏ ਅਤੇ ਉੱਥੋਂ ਕੁਝ ਨਾ ਕੁਝ ਲੈ ਕੇ ਆਈਏ। ਰਾਜੇ ਜਨਕ ਦੇ ਮੁਲਾਜ਼ਮਾਂ ਨੇ ਜਦੋਂ ਉਹਦੇ ਕੋਲ ਜਿਹੜਾ ਸੀ ਸਮਾਨ ਥੋੜ੍ਹਾ ਬਹੁਤਾ ਰਖਾ ਲਿਆ ਅਤੇ ਗਿਆ, ਕੀ ਵੇਖਿਆ ਵੀ ਉਹ ਆਪਣੀਆਂ ਰਾਣੀਆਂ ਨਾਲ ਗੱਲਾਂ ਕਰਦਾ ਹੈ। ਕਹਿਣ ਲੱਗਾ ਪਿਤਾ ਜੀ ਨੇ ਮੈਨੂੰ ਗਲਤ ਥਾਂ 'ਤੇ ਭੇਜਿਆ, ਭਲਾ ਇਹ ਮਹਾਂਪੁਰਸ਼ ਹੋ ਸਕਦਾ, ਇਹਦੇ ਕੋਲ ਮੈਂ ਕੀ ਲਵਾਂਗਾ? ਉੱਥੇ ਜੋ ਅਸੀਂ ਪੋਥੀਆਂ 'ਚ ਪੜ੍ਹਦੇ ਹਾਂ
राजे जनक ने माया वरताई तो इं प्रतीत हों जिमें महिला अग लगी लगी नहीं प्रतीत हों सुखदेव एकदम दौड़िया राजे जनक ने मंजे तो छाल मार के उन्होंने गुटों फड़ लिया तो कहन लगा गबरूआ की गल भाई क्यों दौड़िया कहिंदा जी मेरी लंगोटी पई है तुहाडी ड्यूड़ी तो मैं कहना भी कितें अग लग के सड़ ना जाए तो राजा जनक कहन लगा मैं माया धारी कि तू माया धारी हाँ मेरे महिलां नूं अग लगी तो मैनू चिंता नहीं तेन लंगोटी की चिंता पै गई भाव ये नहीं भी अपने को मकान ना हो पैसे ना होने चाहिए नहीं क्यों गुरु के सिख के कोल होगा तो किसी देगा दर असल धन गुरु अमरदास पातशाह सानू रोजाना समझाते हैं कहो नान गुरप्रसादी जिन्हें लागी तिन्नी विचे माया पाया जिन्हें गुरु ने कृपा की उन्होंने माया दे विच भी परमात्मा की प्राप्ति हो गई तो यूं मेरे पातशाह कहते हैं भाई जे नाम लागे सो मुक्त होवै जेड़ा परिपूर्ण परमात्मा दे नाम नाल जुड़ गया है ओ भाई मुक्त हो जाएगा गुर बिन नाम ना पावै कोई पर ये जेड़ा नाम है ये केवल ते केवल तेनू गुरु कोल मिलेगा गुरु 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 करमन मोर गुरु बिना मैं ना ही होर आपां पढ़दे हां गुर बिन कोर अंधार गुरु बिन समझ ना आवे पर इत्थे थोड़ा जिहा ख्याल रखिया जे गुरु ओ धारण करना है जेड़ा समुद्र में जाके मोढ़ा दे के ते जहाज नूं बन्ने ला देंदा है थां थां ते लोग गुरुआं कोल जांदे ने ना असली सिख ने असली गुरु अगे अरदास कीती उहदा जहाज बरेती विच फस गया उहदा नाम मक्खण शाह लवाणा ते कहण लगा पातशाह कृपा कर मैं तेरा सिख हाँ ये जहाज बन्ने ला दे आपां तां अरदास भी चौं चौं गए करदे हाँ हाँ दो तीन धोए मैनू किसी बंदे ने रात नूं फोन किया ज्ञानी जी उंज असीं गुरु घर नूं मंनदे ते सानूं किसी ने दस्सिया भी तुहाडे घर पीर दी जगह है मैं कहा गुरमुखा मेरे ते कृपा करके फोन बंद कर दे नाले तो कहना भी असीं गुरु घर नूं मंनदे ते नाले अपने घर मटी बनाउण लगा ये दो गल्लां नहीं एक केवल फॉरमैलिटी गुरु का सिख केवल तो केवल गुरु ग्रंथ सच्चे पातशाह तो बिना किसी से विश्वास करता नहीं सिर लह ना सकता पर किसी अगे झुके ना तो आप गुरुद्वारे भावें ना ही है तो वीरवार ऐन कबर के अगे खलो जाने लैन लग गए भी पता नहीं मिठे चौल कहीं लेट ना हो जाए रब का वास्ता जे गुरु के सिखो गुरु नूं छड़ के भटको ना गुरु ग्रंथ सच्चे पातशाह के सन्मुख आके आख्या करो सगल द्वार को छाड़ कै गहो त्वारो द्वार बाहे गहे की लाजस गोविंद दास द्वार हुण मैं छड़ गया डेरिया डारिया मैं छड़ गया कबरां ते मड़ियां मट्टां मसाणियां नूं मेरे ते कृपा कर मेरी बाँह फड़ ला अरदास बेनती की जाज बनने लगा तो साडा तो सुभा भी न नंघी ख्वाजा विसरिया काम होया तो मुड़ के कोई गल नहीं गुरुद्वारे मत्था टेकावे सदके जाव गुरसिख दे कहन लगा पहला गुरु का धनवाद करके आईए गुरु संबंध भेट करा मीर आदमी सी आया दो दो मोहर रखिया एक गुरु नहीं बाई गुरु बाई हुण तां पता नहीं किन्ने को गए हुण दो दो मोहर लगियां ते लगे जकारे छड़न पर उन्हें मत्था नहीं टेकया गुरमुख प्यारे पंचायत वाले बैठे सन तख्तपुर छोपर कहिंदे गुरमुख होर गुरु भी है वह कहिंदे जी भोरे च गुरु हरगोबिंद सच्चे पातशाह दी छोटे साहबजादे गुरु तेग बहादुर पातशाह महाराज के बारे कहिंदे भी छोटे साहबजादे ने अंदर गया बाहर वाले नूं दो दो मोहर अंदर वाले दे अगे जाके पांच मोहर रखियां ते धन गुरु तेग बहादुर पातशाह ने अपने मोढ़े तो चोला पासे करके आख्या मखणा गुरु ने पैसों लई दुकान नहीं पाई अज दुकाना बनिया ने पैसों लई गुरु ने पैसों लई दुकान नहीं पाई पर तेरे जाज दा किलां दा निशान मोढ़े ते अजे भी है
नमस्कार गुरदेव नू, तानो गुरु का लाल बार वालियां नू दो दो, ते उन्हें सारी दी सारी माया गुरु तेग बहादुर पातशाह दे चरना मत्था टेक के आख्या पातशाह मेरा मुझ में किश नहीं, जो किश है सो तेरा तेरा तुझको सौंपते, क्या लागे मेरा आप 500 रुपया दे के ते पत्थर ते अपना नाम लिखा लिया भी पत्थर जिन्ना चिर कसे ना उन्ना चिर ना ना मिटे, इन्नी मैं है साडा दिल पत्थर सी पत्थरां नूं ही खोद दिता, पत्थरां च मैं वड़ा दिती वार दिती पत्थरां च मैं, फलाने बंदे ने 1100 गुरुद्वारे निशान साहब लई सेवा कीती, ये नहीं विण बोलिया सब के जानदा आप पर जाना पाठ करदे जिसकी बस्त तिस आगे राखे, प्रभ की आग्या माने माथे उसते चौगन करे निहाल नानक साहब सदा दयाल। इस करके बेनती है मैं तां कीती है भी गुरु तेग बहादुर पातशाह दा 400 साल प्रकाश दिहाड़ा है, जेड़े गुरमुख प्यारे कदे बाबे बकाले सा मत्था टेकण नहीं गए वह घट तो घट उथे जा के नमस्कार करन ते बेनती करन पातशाह, जिवें मक्खण शाह दे जहाज नूं बन्ने लाया कि साडा भी ला दी, ते मैं भी गुरु तेग बहादुर पातशाह दे चरणां च बेनती करदा पातशाह सी जिन्ने मंजी साहब हाल भी सारियां संगतां बैठियां ना ये भी तेरा जहाज है ते असीं कदे ना कदे तेरे घाट ते आउणा ते कृपा करी साडा बेड़ा बन्ने ला दी। ये मैं अपने सारियां वल्लों गुरु तेग बहादुर पातशाह दे चरणां च अरदास बेनती करदा पातशाह, जिवें मक्खण शाह दे डुबदे बेड़े नूं बन्ने लाया सी ना साडा मन भी डुबदा, साडे मन विच कई तरह के संस्कार ने, जिवें मक्खण शाह दे बेड़े नूं बन्ने लाया सी सानू भी ला दी एक कृपा करी साडे ते। तूं मेरे पातशाह कहिंदे ने भाई गुरु तो बिना ये नाम की प्राप्ति नहीं हो सकती, गुरु कृपा करे रहाओ विश्राम दे करके दया करते हैं। त्रेता एक कल किन्नी दूर कहिंदे त्रेते का जमाना आया ते उहदे विच एक कला एक शक्ति घट गई केड़ी लोकी सच छड़ बैठे, पाखंड वरतिया हर जानन दूर जेड़ा पखंड सी उहदा बोल बाला हो गया ते वैगुरू नूं लोकी दूर जानन लग पाए, रात वेंदा रहा टीवी ते सवेरे आउंदियां वासियां दे नाल दा कहिंदा भी की गल भाई साहब वासियां मार दिओ ढिल्ले हो, कहिण लगा जी तड़के सुखमनी साहब दा पाठ कीता सी, फिर तैनूं पुछिया किहदे, वेंदा टीवी रहा ते ना सुखमनी साहब दा पखंड, मेरे पातशाह कहिंदे पखंड वरत्या हर जानन दूर, इउं पखंड दा भाव हुंदा भी होणा कुछ होर विखाउणा कुछ होर, उहनूं पखंड कहिंदे हन, इउं जिहा पखंड है इहदा बोलबाला हो गया ते लोकी परमेश्वर नूं दूर समझण लग पए, गुरमुख बूझा सोझी होई, हां गुरु दे द्वारा समझ पै गई उहनां जिन्हां नूं अंतरनाम वसा सुख होई, उहनां गुरमुख प्यारियां दे अंदर परमात्मा दा नाम वस गया ते नाम करके ही सुख है। द्वापर दूजा दुबदा होई, द्वापर दा जमाना आया ते दुबदा दा भाव हुंदा दुचिता पुणा, एक काम करां कि ना करां एक ते विश्वास नहीं, गुरुद्वारे देख भी करारी ते उंज कहिंदा भी गुड्डी दा विआह करना ते पंडित कोलों पुछ के आवां भी किहड़ा नराता ठीक रहेगा, नराता गुरमुख आपां गुरसिख हां वेख्या कि लोकी 50,000 रुपया पैलस बुक कर लग्या वधा देंदे ने भी ये मैं तीजा नराता मैं इत्थे करना प्रोग्राम, मैं बड़े ग्रंथ पढ़े ने मैनू अज तक सिख धर्म च नराता नहीं जे लब्भा पिओ, नराता किहनू कहिंदे ने, दूजा नराता चौथा नराता तीजा नराता, असीं गुरु के सिख हां असीं केवल ते केवल गुरु अगे अरदास करनी ते गुरु ग्रंथ साहिब च पातशाह कहिंदे बिघन को लागता प्रभ पै अरदास, जिहड़े वाहिगुरू अगे अरदास करदे ने उन्होंने काम विच विघन पैंदा ही नहीं, लेकिन द्वापर दा जमाना आया लोकी दे चिते पुणे च पै गए, गुट ते कड़ा भी बदा ते दूजे पासे मौली भी बदी है, कड़ा भावें ना पर मौली का विश्वास नहीं छड़दे, मैनू मौली नहीं अज तक मौली की इंपोर्टेंस नहीं जी लभी, जी किसी ने लभे तो मेहरबानी मैनू दसे क्योंकि मैं थोड़ी कौम का प्रचारक हाँ,
कड़ा भी पाया तो मौली ते विश्वास भी, जबकि गुरमत मौली नू कोई मानता नहीं, गात्रे कृपान भी ते मथे ते तिलक भी लाया है। गुरु के सिखा जे तिलक लाउणा ते गुरु नानक दे चरणा दी गुरु के संगत दी धूड़ी मथे ते ला। अंतर जामी पुरख बधाते सरदा मन की पूरे, नानक दास एह सुख मांगै मोह को कर संतन की धूरे। द्वापर दा जमाना आया, लोकी दिचते पुणे च पै गए कारण भरम भुलाने जान हिंदोए। यो कहिंदे भरम भुलेखियां च पैण करके एक दी थां ते दोनों मनन लग पे ज्ञानी जी। उंज असीं गुरु घर नूं मनदे पर नाम बाबे कोलों लिया है, इहदा भाव गुरु ग्रंथ साहिब जी पातशाह दा नाम छोटा उहदे कोल लैण गया। भरम भुलाने जाने दोए, परम भुलेखियां च पै करके दोनों जानदे हन। द्वापर धर्म दोए पैर रखाए, कहिंदे इस प्रकार द्वापर दे भी दो धर्म दे पैर रह गए। गुरमुख होवै ता नाम दृढ़ाए, जे किते फेर भी गुरु कोल चला जावे ते गुरु नाम प्रपक कर देवेगा। कलयुग धर्म कला एक रहाए, कहिंदे कलयुग दे समय विच केवल ते केवल एक शक्ति रह गई, एक कला केड़ी। एक पैर चला माया मोह वधाए, वो केवल ते केवल नाम है, पैर केड़ा है, माया दा मोह वध गया। माया मोह आत गुबार, माया दे मोह कर गुबार तो भावना जिन्हों आपां पंजाबी च आम बोली कहने धुआं रौली, जिवें धुंद दे मौके ते सानू कोई दिसदा नहीं। इस प्रकार माया दा मोह दा जिहड़ा गुबार चौं पासी धुआं हो गया। सतगुर भेटा नाम उधार, जे किते सच्चे गुरु कोल चला जाए भेटे तों भाव तेरा गुरु नाल मिलाप हो जाए, ओ नाम देवेगा ते नाम नाल कल्याण हो जावेगी। सब युग मह साचा एको सोई, गुरमुखा भावें कलयुग दा जमाना भावें द्वापर त्रेता कुछ भी है, पर हर जमाने विच एक केवल ते केवल एक वैगुरु सी वैगुरु है। सब मह सच दूजा नहीं कोई, सारे विच ओ वैगुरु व्यापक है, ओदे तों बिना दूजा को है नहीं। आपां पढ़दे आं जतर ततर दिसा विसा होए फैलो अनराग, साची कीरत सच सुख होई, सच्चे परमात्मा दी बड़ियाई कर तेनू सदीवी सच्चा सुख मिलेगा, सदीवी तौर ते रहण वाला। गुरमुख नाम वखाणा कोई, कोई भागा वाला गुरु दे द्वारे ते जाके ते उस नाम दा बखियान चर्चा करदा है। सब युग मह नाम उत्तम होई, गुरमुखा भावें द्वापर है भावें त्रेता ते भावें कलयुग है, हर युग विच नाम दी महिमा। गुरमुख विरला बूझा कोई, पर गुरु दे द्वारे को विरला इस गल नू समझदा है। हर नाम ध्याए भगत जन सोई, जेड़े परमात्मा दे नाम नू चेते करदे भावे बाबा नामदेव जी होवे भावे बाबा त्रिलोचन जी होण, ओ सारे दे सारे भगत कहे जांदे हन। नानक युग युग नाम वड़ियाई होई, मेरे पातशाह कहिंदे गुरमुखो भावे कोई युग है जिन्हां गुरमुखां ने नाम जपया उन्हां दी वड़ियाई होई। जिवें आपां पढ़दे हां गोबिंद 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 संग नाम दिओ मन लीणा, आड़ दाम को शीपरो होयो लखीणा, बुनना तनना त्याग के प्रीत चरण कबीरा, नीच कुला जलारा भयो गुणी गहीरा, रविदास तुअंता ढोर नीतिन त्यागी माया, प्रगट हुआ साध संग हर दर्शन पाया, सैन नाई बतकारिया ओ घर घर सुनिया, हिरदे वस्या पार ब्रह्म भगतां मैं गणिया। सतगुरु पातशाह साडे ते भी कृपा करन कि उस वाहिगुरू का नाम साडे हिरदे विच वसे। धन गुरु ग्रंथ सच्चे पातशाह दा गुरु के संगतां दा कुटान कुटान धनवाद, भुल्लां चुकां दी माफ़ी जी। सब युग मह नाम उत्तम होई, गुरमुख विरला बूझा कोई, हर नाम ध्याए भगत जन सोई, नानक जुग जुग नाम वड़ियाई होई। खालसा जी चैनल नू सबसक्राइब करन तो बाद ऑल नोटिफिकेशन नू जरूर ऑन करो, ताकि साड़ी कथा कीर्तन दी हर वीडियो तुहाडे तक पहुँचती रहे। अते वीडियो नू लाइक करना ना भूलना जी।